ਰਾਤ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਕਲ ਪ੍ਰਧਾਨ ਦਲਬੀਰ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦਲਬੀਰ ਸਿੰਘ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਸਰਕਲ ਪ੍ਰਧਾਨ ਸਨ। 15-16 ਭਾਜੀ ਗੋਲੀਆਂ ਮਾਰੀਆਂ ਇਹਨਾਂ ਨੇ, 15-16 ਗੋਲੀਆਂ ਮਾਰੀਆਂ ਨੇ, ਠੀਕ ਹੈ। ਫਿਰ ਦਾਤਰ ਮਾਰੇ ਇਹਨਾਂ ਨੇ ਪਿੱਛੇ, ਉਹ ਵੀ ਪਿੱਠ ਦੇ ਪਿੱਛੇ, ਜਾਂ ਤਾਂ ਭਾਜੀ ਸਿੱਧਾ ਆਉਂਦੇ ਫੇਰ ਹੀ ਹੈਨਾ। ਅਤੇ ਬਾਕੀ ਅਸੀਂ ਇਹ ਚਾਹੁੰਦੇ ਹੁਣ ਵੀ ਪੁਲਿਸ ਪ੍ਰਸ਼ਾਸਨ ਕੋਲ ਅਸੀਂ ਜੋ ਇਹ ਗੁੰਡਾਗਰਦੀ ਹੋ ਰਹੀ ਆ, ਇਹ ਸਰਕਾਰ ਦੇ ਵਿੱਚ ਬਹੁਤ ਗੁੰਡਾਗਰਦੀ ਹੋ ਰਹੀ ਆ ਸਰ। ਇੱਥੇ ਕੋਈ ਅੰਤਿਮ ਦਿਨ ਦਿਹਾੜੇ ਗੋਲੀਆਂ ਵੇਖੋ ਬੰਦੇ ਨੂੰ, ਅਜੇ ਕੋਈ 7-8 ਦਾ ਕੋਈ ਟਾਈਮ ਨਹੀਂ ਕੋਈ ਜ਼ਿਆਦਾ ਹੁੰਦਾ, ਦਿਨ ਦਿਹਾੜਾ ਹੀ ਹੁੰਦਾ ਗੋਲੀਆਂ ਮਾਰ ਕੇ, ਜੇ 15-16 ਗੋਲੀਆਂ ਬੰਦੇ ਨੂੰ ਮਾਰ ਦੇਣੀਆਂ ਐਵੇਂ ਹੀ ਕਿ ਬਿਨਾਂ ਗੱਲ ਤੋਂ ਹੀ, ਅਤੇ ਇਹ ਇਨਸਾਫ ਚਾਹੀਦਾ ਸਾਰਿਆਂ ਨੂੰ। ਢਿਲਵਾਂ ਦੇ ਜੀ ਦਲਬੀਰ ਸਿੰਘ ਜਿਹਨਾਂ ਦੀ ਮੌਤ ਹੋਈ ਆ, ਇਹ ਆਪਣੇ ਸ਼ਾਮ ਨੂੰ ਘਰ ਰੋਟੀ ਪਾਣੀ ਖਾ ਕੇ ਆਪਣੇ ਲੜਕਾ ਦੇ ਨਾਲ ਆਪਣੇ ਭਰਾ ਨੂੰ ਸੈਰ ਕਰ ਰਹੇ, ਆਪਣੇ ਪਿੰਡ ਦੇ ਅੱਡੇ ਤੋਂ ਬਾਹਰ ਖੇਤਾਂ ਵਾਲੇ ਪਾਸੇ ਪਏ ਤੇ ਗਏ ਆ, ਤਾਂ ਉਹ ਉੱਥੇ ਜਿਹੜੇ ਅੱਗੇ ਆ ਬਲਦੇਵ ਸਿੰਘ, ਬਲਵਿੰਦਰ ਸਿੰਘ ਉਹਦੇ ਦੋਵੇਂ ਮੁੰਡੇ ਅਤੇ 4-5 ਜਣ ਖੇਤੇ ਜੀ, ਉਹਨਾਂ ਗੋਲੀਆਂ ਮਾਰੀਆਂ ਅਤੇ ਤਿੱਖੇ ਹਥਿਆਰਾਂ ਨਾਲ ਵਾਰ ਕੀਤੇ, ਸਖ਼ਤ ਜ਼ਖਮੀ ਕਰਦਾ ਵਾ ਜਿਹੜਾ ਲੜਕਾ ਦਾ ਆਪਣਾ, ਉਹਨੂੰ ਹੋਸਪਿਟਲ ਲੈ ਕੇ ਗਿਆ, ਉੱਥੇ ਮੌਤ ਹੋ ਗਈ, ਮੰਦੀ ਪਰ ਮੁਕੱਦਮਾ ਦਰਜ ਰਜਿਸਟਰ ਕਰ ਦਿੱਤਾ ਵਾ 302 ਦਾ, ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਚੱਲ ਰਹੀ ਹੈ, ਤਫਤੀਸ਼ ਚੱਲ ਰਹੀ ਹੈ। ਦੇਖੋ ਵੈਸੇ ਤਾਂ ਪੰਜਾਬ ਸਾਰੇ ਦੇ ਵਿੱਚ ਇੱਕ ਸਿਵਰ ਵਾਰ ਦਾ ਮਾਹੌਲ ਬਣਦਾ ਜਾ ਰਿਹਾ, ਪੰਜਾਬ ਦੇ ਵਿੱਚ ਇੰਨਾ ਵਿਵਾਦ ਟਕਰਾਅ ਖਿਚਾਅ ਪੈਦਾ ਹੋ ਗਿਆ, ਤਣਾਅ ਪੈਦਾ ਹੋ ਗਿਆ, ਜਿਹਦੀ ਬੜੀ ਚਿੰਤਾ ਹੈ ਔਰ ਦੁੱਖ ਇਸ ਗੱਲ ਦਾ ਕਿ ਸਰਕਾਰ ਸੁੱਤੀ ਪਈ ਆ। ਸਰਕਾਰ ਦਾ ਖੌਫ ਹੀ ਕੋਈ ਨਹੀਂ, ਭੈ ਹੀ ਕੋਈ ਨਹੀਂ, ਜੇ ਕੁੱਟ ਕੁੱਟ ਕੇ ਇੱਕ ਦਲਿਤ ਬੰਦੇ ਨੂੰ ਚੰਗਾਲੀ ਵੱਜਦੇ ਨੂੰ ਪਿੰਡ ਦੇ ਵਿੱਚ ਉਹ ਲੋਕ ਮਾਰ ਤੱਕ ਜਾ ਸਕਦੇ ਨੇ, ਤਾਂ ਉੱਥੇ ਆਮ ਜੀਵਨ ਕਿੱਥੇ ਪ੍ਰਭਾਵਿਤ ਰਹਿ ਸਕਦਾ। ਜਿਵੇਂ ਕਹਿੰਦੇ ਸੱਚ ਮੂੰਹ ਚੜ ਕੇ ਬੋਲਦਾ, ਸੱਚ ਮੂੰਹ ਚੜ ਕੇ ਬੋਲ ਰਿਹਾ ਕਾਂਗਰਸੀਆਂ ਦੇ, ਕਾਂਗਰਸੀ ਵਿਧਾਇਕ ਕਹਿ ਰਹੇ ਨੇ ਨਸ਼ੇ ਵਿਕ ਰਹੇ ਨੇ, ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਕਹਿ ਰਿਹਾ ਵੀ ਸਰਕਾਰ ਫੇਲ ਹੋ ਗਈ, ਸਰਕਾਰ ਨੂੰ ਲਾਹਣਤਾ, ਅਤੇ ਸਰਕਾਰ 'ਤੇ ਲਾਹਣਤਾ ਫਟਕਾਰਾਂ, ਸਰਕਾਰ ਫੇਲ ਹੋਣ ਦੀਆਂ ਗੱਲਾਂ ਜੇ ਰੂਲਿੰਗ ਪਾਰਟੀ ਦੇ ਵਿਧਾਇਕ ਕਹਿੰਦੇ ਹੋਣ, ਫਿਰ ਇਹ ਤੋਂ ਵੱਡਾ ਸਬੂਤ ਤਾਂ ਕੋਈ ਹੋਰ ਹੋ ਨਹੀਂ ਸਕਦਾ। ਪਰ ਦੁੱਖ ਇਸ ਗੱਲ ਦਾ ਕਿ ਐਸੇ ਹਾਲਾਤਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਧਿਆਨ ਨਹੀਂ ਦੇ ਰਹੇ। ਕੀ ਦੇਖ ਰਹੇ ਹੋ ਪਟਿਆਲਾ ਟੀਵੀ, ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ, ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ। ਹੁਣ ਤੁਹਾਡੀ 10ਵੀਂ ਅਤੇ 12ਵੀਂ ਤੋਂ ਬਾਅਦ ਨੌਕਰੀ ਦੀ ਚਿੰਤਾ ਖਤਮ। ਗਲੋਬਲ ਅਚੀਵਰਸ ਅਵਾਰਡ ਨਾਲ ਸਨਮਾਨਿਤ ਪਟਿਆਲਾ ਦੀ ਸਵੈ ਰੋਜ਼ਗਾਰ ਪ੍ਰਦਾਨ ਕਰਵਾਉਣ ਵਾਲੀ ਪਹਿਲੀ ਅਤੇ ਸਭ ਤੋਂ ਪੁਰਾਣੀ ਸੰਸਥਾ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ ISO ਪ੍ਰਮਾਣਿਤ ਪੰਜਾਬ ਦਾ ਨੰਬਰ 1 ਇੰਸਟੀਚਿਊਟ। ਸੰਪਰਕ ਕਰੋ ਗੁਰੂ ਨਾਨਕ ਇੰਸਟੀਚਿਊਟ ਆਫ ਮੈਡੀਕਲ ਟੈਕਨੋਲੋਜੀ, ਮੇਨ ਰੋਡ ਫੈਕਟਰੀ ਏਰੀਆ ਨੀਅਰ ਸ਼ਿਵ ਮੰਦਿਰ ਪਟਿਆਲਾ।